ਗਰੀਬਨ ਵਾਸੀ ਕਰਦੇ ਹੋ, ਕਿਰਪਾ ਕਰਦੇ ਹੋ, ਜੋ ਇਹਨਾਂ ਪਿਆਰਿਆਂ ਦੇ ਰਾਹੀਂ ਬੁਲਾ ਲੈਂਦੇ ਹੋ। ਜਿੱਥੇ ਸਮੂਹ ਮੈਨੇਜਮੈਂਟ ਕਮੇਟੀ, ਸਮੂਹ ਪ੍ਰਬੰਧਕ ਕਮੇਟੀ ਉਪਰਾਲਾ ਕਰਦੀ ਹੈ, ਕਾਲਕਾ ਜੀ, ਪਿਆਰੇ ਕਾਲੋ ਜੀ ਔਰ ਪਿਆਰੇ ਸਰਦਾਰ ਅਮਰਜੀਤ ਸਿੰਘ ਜੀ, ਕਿਉਂਕਿ ਇਹਨਾਂ ਦੇ ਸਪੁੱਤਰ ਪਿਆਰੇ ਫਾਹੁਰ ਜੀ, ਸ਼ੇਰ ਦੇ ਦਿਨ ਪਹਿਲਾਂ ਸ਼ੁਰੂ ਹੋ ਰਿਹਾ ਕਿ ਆਹ ਦਿਨ ਜ਼ਰੂਰ ਰੱਖਣਾ ਉੱਪਰ ਬਿਠਾਉਣਾ ਹੈ। ਅਮੈਰੀਕਾ ਲਗਾਤਾਰ ਨਿਰੰਤਰ ਟੱਚ ਵਿੱਚ ਰਹਿੰਦੇ ਕਿ ਅੱਜ ਹੀ ਹੁਣ ਇੱਥੋਂ ਹੀ ਏਅਰਪੋਰਟ ਨੂੰ ਜਾਣਾ ਹੈ। ਅਸੀਸਾਂ ਦੇਣਾ ਪਿਛਲੇ ਤਕਰੀਬਨ 33 ਸਾਲ ਜਦ ਤੋਂ ਪਹਿਲੀ ਪਸੰਦ ਆਈ ਸੀ ਗੁਣ ਗਾਵਾ ਜਾਂਦਾ 33 ਸਾਲ ਤੋਂ ਨਿਰੰਤਰ ਆਪ ਦੀ ਅਸੀਸਾਂ ਦੇ ਪਾਤਰ ਬਣ ਗਏ ਹਨ। ਇਸੇ ਤਰ੍ਹਾਂ ਗਰੀਬ ਨਿਵਾਸੀ ਕਰਦੇ ਰਹਿਣਾ ਪਰ ਮੇਰੇ ਲਈ ਅਰਦਾਸ ਕਰਨਾ ਮੇਰਾ ਲੋਕ ਸੁਖੀਆ ਤੁਸੀਂ ਕੀਤਾ ਹੈ ਪਾਤਸ਼ਾਹ ਮੇਰਾ ਪ੍ਰਲੋਕ ਵਿਸਤੇ ਹੈ। ਜਿੰਨੀਆਂ ਸੰਕਾਲੀਆਂ ਡਰ ਲੱਗੀਆਂ ਸਾਰੇ ਅੰਦਰ ਕੁਰਬਾਨ ਕੁਰਬਾਨ ਸ਼ੁਕਰਾਨੇ, ਕਿਉਂਕਿ ਵਿੱਚ ਸੰਗਤ ਹਰ ਮਤ ਵਸੈ ਦੀ ਹੈ। ਅੱਜ ਮੈਂ ਅੱਜ ਨੂੰ ਗੱਲ ਕਰਨਾ ਚਾਹੁੰਦਾ ਕਈ ਸੰਗਤਾਂ ਵੱਡ ਵੱਡ ਪੁੱਛਦੀਆਂ ਨੇ, ਸਾਡਾ ਇਹ ਕਾਰਜ ਸਿੱਧ ਹੋ ਜਾਏ। ਮੈਂ ਇੱਕੋ ਬੇਨਤੀ ਕਰਦਾ, ਸੰਗਤ ਜ਼ਿਆਦਾ ਕਰੋ, ਘੰਟਾ ਹੋਰ ਘੰਟੇ ਜਿੰਨਾ ਵੀ ਬੈਠ ਕੇ ਕੀਰਤਨ ਕਰਦਾ ਜੋ ਵੀ ਹੋ ਰਿਹਾ ਆਨੰਦ ਮਾਣੋ। ਨਾਮ ਜਪ ਕੇ ਸੰਗਤ ਜਦੋਂ ਅਰਦਾਸ ਕਰੋਗੇ ਪੂਰੀ ਹੋਵੇਗੀ, ਕਿਉਂਕਿ ਵਿੱਚ ਸੰਗਤ ਹਰ ਦਰ ਉਸੇ ਸੀਸ ਦਿਓ। ਇਸ ਤਰ੍ਹਾਂ ਇੱਕ ਜਗਾਰਾ ਸਾਰੇ ਵੀਰ ਬੋਲਣ ਤੇ ਭੈਣਾਂ ਜਵਾਬ ਦੇ, ਸਾਰੇ ਵੀਰ ਮਿਲ ਕੇ ਜਗਾਰਾ ਬੋਲੋ। ਇਸੇ ਤਰ੍ਹਾਂ ਹੀ ਜਗਾਰਾ ਸਾਰੀਆਂ ਭੈਣਾਂ ਕਿਰਪਾ ਕਰੋ ਤੇ ਵੀ ਜਵਾਬ ਦੇ। ਇਹ ਨਾਲ ਵਾਲੇ ਵੀਰਾਂ ਵਾਸਤੇ ਵੀ ਅਰਦਾਸ ਕਰਨਾ ਕਿ ਬੱਚੇ ਮੇਰੇ ਛੋਟੇ ਹੀ ਇੱਕ ਤਰ੍ਹਾਂ ਦੀ ਤਰ੍ਹਾਂ ਨੂੰ ਪਿਆਰ ਕਰਦੇ ਨੇ, ਬਾਪੂ ਦੀ ਤਰ੍ਹਾਂ ਪਿਆਰ ਕਰਦੇ ਨੇ, ਸੱਚੇ ਪਾਤਸ਼ਾਹ ਚੜ੍ਹਦੀਆਂ ਆਨੰਦ ਮੇਰੇ ਜੀਵਨ ਜੀਵਨ ਵਿੱਚ ਸਾਰੀਆਂ ਕਾਮਯਾਬੀਆਂ ਦੇ ਬਲਾਓ ਅਤੇ ਪਿਆਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਸਾਥੀ ਯੂਐਸਏ ਵਾਲੇ ਦਾਸ ਬਹੁਤ ਹੀ ਰਿਣੀ ਹੈ, ਕਿਉਂਕਿ ਬਚਪਨ ਤੋਂ ਹੀ ਦਾਸਾਂ ਨਾਲ ਬਹੁਤ ਹੀ ਪਿਆਰ ਰੱਖਦੇ ਹਨ। ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਉੱਚੇ ਤੌਰ ਤੇ ਯੂਐਸਏ ਤੋਂ ਇੱਥੇ ਪਹੁੰਚੇ ਹਨ। ਹੁਣ ਸਿੱਧਾ ਇਹਨਾਂ ਨੇ ਏਅਰਪੋਰਟ ਜਾਣਾ ਹੈ, ਇਹਨਾਂ ਦੀ ਵਾਪਸੀ ਦੀ ਫਲਾਈਟ ਹੈ। ਅਰਦਾਸ ਹੈ ਧੰਗੁਰ ਦੇ ਬਹਾਦਰ ਸਾਹਿਬ ਜੀ ਦੇ ਚਰਨਾਂ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਨੂੰ ਟੁੱਟ ਕੇ ਸਿਹਤ ਸਵਾਸ ਤੰਦਰੁਸਤੀ ਬਲ ਬੱਚੇ ਇਸ ਤਰ੍ਹਾਂ ਹੀ ਆਪਾਂ ਦੀ ਸੇਵਾਵਾਂ ਕਰਦੇ ਹਨ। ਗੁਰੂ ਸਵਾਮੀ ਸਾਧ ਸੰਗਤ ਜੀਓ, ਅੱਜ ਦਾ ਵਿਸ਼ੇਸ਼ ਕੀਰਤਨ ਸਮਾਗਮ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਾਰੇ ਜਪੋ ਨਾ ਜੀ, ਜਿਨ ਚਿਰਿਆ ਕਿਨੇ ਸਵਾਰਿਆ ਤਨ ਤਨ ਰਾਮਦਾਸ ਗੁਰ, ਪੂਰੀ ਹੋਈ ਤਾਰਾ ਮਾਤ ਆਪ ਸਿਰਜਨ ਹਾਰੇ ਤਾਰਿਆ। ਐਸੀ ਅਸਤਾ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾਵਾਂ ਨਿਭਾ ਰਹੇ ਹਨ ਸਰਦਾਰ ਜਗਦੀਪ ਸਿੰਘ ਜੀ ਕਾਲੋ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਸਪ੍ਰੀਤ ਸਿੰਘ ਜੀ ਕਰਮਸਰ ਜੋ ਬਹੁਤ ਵੱਡੀ ਸੇਵਾਵਾਂ ਧਰਮ ਪ੍ਰਚਾਰ ਦੀ ਨਿਭਾ ਰਿਹਾ ਹੈ ਆਪ ਜੀ ਵੇਖ ਰਹੇ ਹੋ ਦਿੱਲੀ ਕਮੇਟੀ ਵੱਲੋਂ ਕਿਸ ਤਰ੍ਹਾਂ ਧਰਮ ਪ੍ਰਚਾਰ ਵਾਸਤੇ ਉਪਰਾਲੇ ਹੋ ਰਹੇ ਹਨ ਕਿਸ ਤਰ੍ਹਾਂ ਬੱਚਿਆਂ ਨੂੰ ਬਾਣੀ ਤੇ ਬਾਣੀ ਨਾਲ ਪ੍ਰੋਗਰਾਮ ਰੱਖ ਕੇ ਜੋੜਿਆ ਜਾ ਰਿਹਾ ਹੈ ਇਹ ਮੇਰਾ ਵੀਰ ਬਹੁਤ ਹੀ ਉਦਮੀ ਹੈ ਤੇ ਨਾਲ ਹੀ ਮੈਂ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਵੀ ਜਸਪ੍ਰੀਤ ਸਿੰਘ ਜੀ ਕਰਮਸਰ ਜੀ ਨੂੰ ਕਿ ਜਿਹੜਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਹ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣਗੇ ਦਾਸ ਨੂੰ ਹੁਣੇ ਹੀ ਫੋਨ ਆਇਆ ਹੈ ਸਾਡੇ ਅਮਨ ਪਿਆਰੇ ਸਤਿਕਾਰਯੋਗ ਸਰਦਾਰ ਅਮਰੀਤ ਸਿੰਘ ਜੀ ਕਾਲਕਾ ਜੋ ਕਿਸੇ ਨੂੰ ਜੇ ਵਿੱਚ ਇੱਥੇ ਨਹੀਂ ਪੁੱਛ ਸਕੇ ਉਹਨਾਂ ਨੇ ਵੀ ਸੰਤਾਂ ਨੂੰ ਇਹ ਦਿਹਾੜੇ ਦੀ ਵਧਾਈ ਦਿੱਤੀ ਹੈ ਵੀਰ ਕਰਮ ਸਿੰਘ ਜੀ इंसान चाहिए भट्ट कीरत जी कह रहे ने एक अरदास भट्ट कीरत की गुरु रामदास राखो सनाई ਜਿਸ ਗੁਰੂ ਸਾਹਿਬਾਨਾਂ ਦੇ ਪਾਸ ਬਾਲ ਅਵਸਥਾ ਦੇ ਵਿੱਚ ਸ਼ਰਨ ਨਹੀਂ ਸੀ ਕਿ ਆਸਰ ਲਿਖਦੇ ਨੇ ਸਾਰੀ ਦੁਨੀਆ ਉਸ ਦਰ ਤੋਂ ਸ਼ਰਨ ਮੰਗਦੀ ਹੈ ਭੱਟ ਬਲ ਜੀ ਕਹਿ ਰਹੇ ਨੇ ਆਪਦੇ ਸਿੱਖ ਦੇ ਵਿੱਚ ਜੇ ਸਤਿਗੁਰ ਸਿਮਰੰਤ ਨਾਇਣ ਕੇ ਤਿਵਰ ਮਿਲੇ ਖਿਨ ਜੇ ਸਤਿਗੁਰ ਸਿਮਰੰਤ ਦਿਲੇ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨੌ ਰਿਤ ਪਾਵੈ ਤੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧੰਨ ਧੰਨ ਕਰੋ ਆਪ ਸਾਰੇ ਹੀ ਮਿਲ ਕੇ ਸਤਿਗੁਰਾਂ ਨੂੰ ਧੰਨ ਦਾ ਨਾਦ ਲੈ ਲਓ ਬੜੇ ਭਾਗੇ ਹਾਂ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਹੀ ਧਰਮ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਮਨਾਉਣ ਵਾਸਤੇ ਪਹੁੰਚੇ ਹਾਂ ਸਤਸੰਗਤ ਜੀ ਜੋ ਸੇਵਾਵਾਂ ਆਪਨੇ ਦਾਸ ਨੂੰ ਦਿੱਤੀਆਂ ਨੇ ਉਸ ਸੇਵਾਵਾਂ ਦੇ ਵਿੱਚ ਇੱਕ ਮੈਂ ਬੇਨਤੀ ਅੱਜ ਹੱਥ ਜੋੜ ਕੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਕਰਨਾ ਚਾਹੁੰਦਾ ਜੇ ਸਾਰੇ ਮੇਰੀ ਬੇਨਤੀ ਨੂੰ ਮੰਨੋਗੇ ਤੇ ਬੜੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਏਗੀ ਧਰਮ ਦਾ ਪ੍ਰਚਾਰ ਕਰਨਾ ਆਪਣੀ ਕੌਮ ਦੀ ਗੱਲ ਲੋਕਾਂ ਤੱਕ ਪਹੁੰਚਾਉਣਾ ਉਹਦੇ ਵਾਸਤੇ ਕੋਈ ਇੱਕ ਕਮੇਟੀ ਇਕੱਲੀ ਕੁਛ ਨਹੀਂ ਕਰ ਸਕਦੀ ਜਿੰਨੇ ਵੀ ਮੇਰੇ ਵੀਰ ਸਿਰ ਤੇ ਪੱਗਾਂ ਸਜਾਉਂਦੇ ਹੋ ਜਾਂ ਜਿੰਨੀਆਂ ਵੀ ਮੇਰੀ ਭੈਣਾਂ ਬੈਠੀਆਂ ਨੇ ਜਿਨ੍ਹਾਂ ਦੇ ਨਾਂ ਦੇ ਪਿੱਛੇ ਕੌਰ ਲੱਗਿਆ ਇਹ ਸਾਰਿਆਂ ਦੀ ਡਿਊਟੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਇਤਿਹਾਸ ਦੇ ਪਵਿੱਤਰ ਦਿਹਾੜੇ ਆਉਣ ਵਾਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਉਹਨਾਂ ਪ੍ਰਕਾਸ਼ ਦਿਹਾੜਿਆਂ ਸ਼ਹੀਦੀ ਗੁਰਬਾਂ ਦੇ ਉੱਪਰ ਸਾਡੀ ਸਿੱਖ ਕੌਮ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵੀ ਸਜਾਏ ਜਾਣਗੇ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਬਹੁਤ ਹੁੰਮ ਮਾਰ ਕੇ ਹਾਜ਼ਰੀ ਭਰਦੀਆਂ ਨੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਮੇਰੇ ਧਨਾੜ ਵੀਰ ਗੁਰੂ ਤੇ ਸਿੱਖ ਵੀਰ ਬੈਠੇ ਨੇ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਜਦੋਂ ਲੰਗਰ ਸਜਾਉਂਦੇ ਹੋ ਤੋਂ ਇਲਾਵਾ ਬੜੇ ਚਾਅ ਦੇ ਨਾਲ ਲੰਗਰ ਲਗਾਓ ਮਗਰ ਇੱਕ ਬੇਨਤੀ ਕਰਦੀ ਹੈ ਸਾਡੀ ਕੌਮ ਦੇ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਕੇਵਲ ਫੀਸ ਕਰਕੇ ਪੜ੍ਹ ਨਹੀਂ ਪਾ ਰਹੇ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਆਪਾਂ ਇੱਕ ਹਮਲਾ ਸਾਰੇ ਜ਼ਰੂਰ ਮਾਰੀਏ ਤਾਂ ਕਿ ਸਾਡੇ ਇਹ ਕੀਰਤਨ ਗੁਰੂ ਅਤੇ ਗੁਰਪੁਰਬ ਮਨਾਏ ਸਫਲੇ ਹੋ ਜਾਣ ਜਿਹੜਾ ਮੇਰਾ ਵੀਰ ਕਿਸੇ ਇੱਕ ਸਟਾਲ 'ਤੇ 1,00,000 ਰੁਪਇਆ ਲੰਗਰ ਦਾ ਖਰਚ ਕਰਦਾ ਕਰੇ ਉਹਦੇ 'ਚੋਂ ਕੇਵਲ 10,000 ਰੁਪਇਆ ਉਹ ਬੱਚੇ ਵਾਸਤੇ ਕੱਢ ਦੇਵੇ ਜਿਹੜਾ 25,000 ਰੁਪਇਆ ਲੰਗਰ ਵਾਸਤੇ ਖਰਚ ਕਰਦਾ ਉਹ ਖੁਸ਼ੀ ਨਾ ਕਰੇ ਉਹ 25,000 'ਚੋਂ 2,500 ਰੁਪਇਆ ਕੇਵਲ 10% ਹੀ ਜੇ ਤੁਸੀਂ ਕੱਢਣਾ ਸ਼ੁਰੂ ਕਰਦੇ ਹੋ ਤੇ ਸਾਡੀ ਸਾਰੀ ਕੋਈ ਸਾਡੀ ਕੌਮ ਦਾ ਬੱਚਾ ਕੋਈ ਐਸਾ ਨਹੀਂ ਕਰੇਗਾ ਜਿਹੜਾ ਪੜ੍ਹਨ ਤੋਂ ਰਹਿ ਜਿਸ ਬੱਚੇ ਜਿਹੜੇ ਫਾਦਰਲੈਸ ਬੱਚੇ ਹੁੰਦੇ ਨੇ
ਜਿਹਨਾਂ ਬੱਚਿਆਂ ਦੇ ਪਿਤਾ ਝਾੜੀ ਲੱਗ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਕਿਦਾਂ ਦੀ ਹੁੰਦੀ ਹੈ ਉਹ ਸਿੱਖ ਕੌਮ ਦੇ ਬੱਚੇ ਨੇ ਉਹਨਾਂ ਦੀ ਮਾਤਾ ਕਿਸੇ ਦੇ ਹੱਥ ਵੀ ਨਹੀਂ ਅੜਦੀ ਸ਼ਰਮਾਉਂਦੀ ਉਹ ਪੈਸੇ ਮੰਗ ਵੀ ਨਹੀਂ ਸਕਦੀ ਕਿਸੇ ਤੋਂ ਇਹ ਸਾਡੇ ਸਾਰੇ ਸਿੱਖਾਂ ਦੀ ਡਿਊਟੀ ਬਣਦੀ ਹੈ ਕਿ ਜਦੋਂ ਆਪਾਂ ਲੰਗਰ ਲਗਾਉਣ ਤੋਂ ਮਨਾ ਨਹੀਂ ਕਰਦੇ ਚਾਰ ਚਾਰ ਜੰਮ ਜੰਮ ਕੇ ਲੰਗਰ ਲਗਾਓ ਵੱਧ ਚੜ ਕੇ ਲੰਗਰ ਲਾਓ ਮਗਰ ਉਹਨਾਂ ਲੰਗਰਾਂ ਚੋਂ ਜਿਹੜਾ ਜਿੰਨਾ ਖਰਚਾ ਕਰਦਾ ਕੇਵਲ 10% ਤੁਸੀਂ ਜਾ ਕੇ ਆਪਣੇ ਇਲਾਕੇ ਦੇ ਵਿੱਚ ਲੱਭ ਕੇ ਜ਼ਰੂਰਤਮੰਦ ਬੱਚੇ ਦੀ ਫੀਸ ਭਰਦੇ ਹੋ ਤਾਂ ਕਿ ਬੱਚਾ ਕੇਵਲ ਪੜ੍ਹਨੋਂ ਨਾ ਰਹਿ ਜਾਵੇ ਕਿਉਂਕਿ ਐਜੂਕੇਸ਼ਨ ਦਾ ਜ਼ਮਾਨਾ ਹੈ ਐਜੂਕੇਸ਼ਨ ਦੇ ਨਾਲ ਆਪਾਂ ਵੀ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੀਆਂ ਸੰਗਤਾਂ ਜੋ ਪ੍ਰਕਾਸ਼ ਘੜਾ ਮਨਾਉਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਹੋ ਜੇ ਆਪਾਂ ਪ੍ਰਣ ਕਰ ਲਈਏ ਕਿ ਆਪਾਂ ਆਪਣੀ ਕੌਮ ਦੇ ਬੱਚਿਆਂ ਦੀ ਆਪਣੇ ਵੀਰਾਂ ਦੀ ਬਾਂਹ ਅਸੀਂ ਫੜਨੀ ਹੈ ਕਿਸੇ ਹੋਰ ਨੇ ਨਹੀਂ ਫੜਨੀ ਕੋਈ ਹੋਰ ਸਾਡੀ ਕੌਮ ਦੇ ਆ ਕੇ ਬੱਚਿਆਂ ਨੂੰ ਨਹੀਂ ਸਾਂਭੇਗਾ ਜੇ ਤੁਸੀਂ ਸਾਰੇ ਮਿਲ ਕੇ ਪ੍ਰਣ ਕਰ ਲਓਗੇ ਤਾਂ ਸਾਡੇ ਇਹ ਪ੍ਰਕਾਸ਼ ਘੜੇ ਬਣਾਏ ਸਫਲੇ ਹੋਣਗੇ ਸਾਰੀਆਂ ਸੰਗਤਾਂ ਨੂੰ ਜੇ ਪ੍ਰਵਾਨਗੀ ਤੁਸੀਂ ਦਿਓ ਕਿ ਜਿੱਥੇ ਵੀ ਸਟਾਲ ਲਾਓਗੇ ਜਿੱਥੇ ਸਟਾਲ ਲੱਗਿਆ ਹੋਵੇ ਉਹ ਸਾਰੇ ਸਟਾਲ ਦੇ ਸਾਰੇ ਵੀਰ ਇਹ ਪ੍ਰਣ ਕਰ ਲੈਣ ਕਿ ਜਿੰਨਾ ਖਰਚਾ ਅਸੀਂ ਕਰ ਰਹੇ ਹਾਂ ਉਹ ਤੋਂ 10% ਪੈਸਾ ਕੇਵਲ ਆਪਾਂ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਲਈ ਆਪਾਂ ਫੀਸ ਵਾਸਤੇ ਕੱਢਾਂਗੇ ਕਿਸੇ ਦੀ ਦਵਾ ਦਾਰੂ ਵਾਸਤੇ ਕੱਢਾਂਗੇ ਤਾਂ ਕਿ ਸਾਡੀ ਸਿੱਖ ਕੌਮ ਰਾਜਿਆਂ ਦੀ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜੇ ਸੀ ਤੇ ਰਾਜੇ ਦਾ ਬੱਚਾ ਰਾਜਕੁਮਾਰ ਹੁੰਦਾ ਤੇ ਸਾਡਾ ਬਲੱਡ ਸਾਰਿਆਂ ਦਾ ਰਾਇਲ ਹੈ ਤੇ ਜਿਹੜੇ ਰਾਇਲ ਫੈਮਿਲੀ ਦੇ ਹੁੰਦੇ ਨੇ ਉਹ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ ਉਹ ਜੇ ਸਾਡੀ ਸਿੱਖ ਕੌਮ ਸਾਰੀ ਦੁਨੀਆ ਨੂੰ ਸਾਡੀ ਸਿੱਖ ਕੌਮ ਜੇ ਰਾਇਲ ਕੌਮ ਹੈ ਰਾਜਿਆਂ ਦੀ ਕੌਮ ਹੈ ਤੇ ਕਿਉਂ ਸਾਡੇ ਬੱਚੇ ਕਿਸੇ ਦੇ ਅੱਗੇ ਹੱਥ ਅੱਡਣ ਆਪਾਂ ਸਾਰੇ ਹੀ ਇਸ ਗੱਲ ਦੀ ਸਾਰੇ ਪ੍ਰਵਾਨਗੀ ਦਿਓ ਜਿਹੜੀਆਂ ਸੰਗਤਾਂ ਘਰ ਬੈਠੀਆਂ ਵੀ ਲਾਈਵ ਸੁਣ ਰਹੀਆਂ ਨੇ ਉਹਨਾਂ ਨੂੰ ਵੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਇੱਕ ਨਗਰ ਕੀਰਤਨ ਦੇ ਵਿੱਚ ਘੱਟੋ ਘੱਟ 500 ਤੋਂ ਵੱਧ ਸਟਾਲ ਲੱਗੇ ਹੁੰਦੇ ਆ ਜੇ ਇੱਕ ਨਗਰ ਕੀਰਤਨ 'ਚ ਇੱਕ ਸਟਾਲ 'ਤੇ 1,00,000 ਰੁਪਇਆ ਖਰਚਾ ਆਇਆ ਤੇ 5 ਕਰੋੜ ਰੁਪਇਆ ਆਪਾਂ ਲੰਗਰ 'ਤੇ ਖਰਚ ਕਰਦੇ ਹਾਂ ਜਿਹਦੇ 'ਚ ਸਿੱਖ ਨਹੀਂ ਛੱਡਦੇ ਉਹ ਸੰਗਤਾਂ ਸਾਰੀਆਂ ਛੱਡਦੀਆਂ ਨੇ ਤੇ ਉਹ 5 ਕਰੋੜ 'ਚੋਂ ਜੇ 50 ਲੱਖ ਰੁਪਇਆ ਆਪਣੀ ਆਪਾਂ ਫੀਸ ਵਾਸਤੇ ਕੱਢ ਦਿੱਤਾ 10% ਤੇ ਕਿਸੇ ਕੋਈ ਸਾਡਾ ਬੱਚਾ ਰਹਿ ਨਹੀਂ ਜਾਏਗਾ ਪੜ੍ਹਨੋਂ ਸੋ ਇੱਕ ਜਗਾਰਾ ਅਸੀਂ ਸਾਰੇ ਛੱਡਦੇ ਹਾਂ ਤੁਸੀਂ ਸਾਰੇ ਪ੍ਰਵਾਨਗੀ ਦਿਓ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨਗੇ ਤੇ ਸਾਡੀ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਦੇ ਵਿੱਚ ਰਹੇਗੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਰ ਜੀ ਦੇ ਘਰ ਤੋਂ ਆ ਪਾਵਨ ਪਵਿੱਤਰ ਸਥਾਨ ਤੇ ਅੱਜ ਦੇ ਆਪਣੇ ਗੁਰੂ ਪਿਆਰੇ ਸਾਹਿਬ ਸ੍ਰੀ ਜੀ ਆਪ ਸਭ ਤੋਂ ਪਹਿਲਾਂ ਫਤਿਹ ਦੀ ਸਾਥ ਕਰੀਏ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਂ ਆਪ ਸੰਗਤਾਂ ਨੂੰ ਚੌਥੇ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਾ ਮੈਂ ਤੁਹਾਡਾ ਵਧਾਈ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਆਪ ਸੰਗਤਾਂ ਕਦਮ ਕਦਮ ਚੱਲ ਕੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਤਮਸਤਕ ਹੋਏ ਹੋ ਆਪ ਸੰਗਤਾਂ ਨੂੰ ਗੁਰੂ ਸਾਹਿਬ ਕਰਕੇ ਦੀਆਂ ਕਲਾ ਬਖਸ਼ਣ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਪੰਥ ਦੀਆਂ ਉਹ ਮਹਾਨ ਰੂਹਾਂ ਕੀਰਤਨ ਇਲਾਹੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਗੁਰੂ ਪਿਆਰੇ ਸਾਹਿਬ ਸੰਗਤ ਜੀ ਅਸੀਂ ਆਉਂਦੇ ਹਾਂ ਹਾਜ਼ਰੀਆਂ ਭਰਦੇ ਹਾਂ ਗੁਰੂ ਸਾਹਿਬ ਦੇ ਨਤਮਸਤਕ ਹੁੰਦੇ ਹਾਂ ਕੀਰਤਨ ਸੁਣਦੇ ਹਾਂ ਚਲੇ ਜਾਂਦੇ ਹਾਂ ਲੇਕਿਨ ਸਾਧ ਸੰਗਤ ਜੀ ਜਿਸ ਗੁਰੂ ਦਾ ਦਿਨ ਮਨਾਉਂਦੇ ਹਾਂ ਆਪਾਂ ਉਹਨਾਂ ਦੇ ਸਰੀਰਕ ਤੌਰ ਦੇ ਉੱਤੇ ਜੋ ਜੀਵਨ ਹੈ ਉਹਦੇ ਉੱਤੇ ਝਾਤ ਜ਼ਰੂਰ ਮਾਰੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ ਸਿਰ ਤੋਂ
بچپن دے وچ ہی بہت چھوٹی عمر دے وچ انہاں دے ماتا جی تے انہاں دے پتا جی دا سایہ انہاں دے سر توں اٹھ گیا اور آپ کیونکہ پریوار دے وچ وڈے سن اس کر کے بھائی جٹھا جی دے نام تے پرچلت سن تے بھائی جٹھا جی جدو ماتا پتا دا سایہ سر تے نہیں رہا تے نانی جی دے کول چلے گئے میں سنکھیپ دے وچ گل کراں سنگت ملی تیسرے ستگرو تن تن صاحب شری گرو امرداس پاتشاہ جی انہاں دے درشن ددارے ہوئے گوندوال صاحب سیوا دے وچ لگ گئے جتھے گھنگڑیاں ویچ کے اپنا جیون ادھر پورتی کرتے سن اوتھے نال ہی سنگتاں دی سیوا کرتے سن جے مودی صاحب دی سیوا دی گل کریے کہ بھائی جیٹھا جی گرو رام داس پاتشاہ جی انہاں نے آپ کو سیوا کری بے شک سیوا کردیاں سریکا نے بھی کیونکہ سریک تے ہر سمے سی اس سمے بھی سی گرو صاحب دے ٹائم تے بھی سی انہاں نے بھی آ کے بہت کچھ برا بلا کیا لیکن گرو صاحب نے اپنی سیوا دے وچ کوئی قصور نہیں چھوڑیا سیوا دے وچ کوئی منٹائی نہیں ہو سکتی وہ سیوا کر کے وہ سمرن کر کے وہ گرو دا حکم پالن کر کے گرو دے حکم تے پہرا دین کر کے سات سنگت جی گریائی پراپت ہوئی چوتھے ستگرو تن تن صاحب شری گرو رام داس پاتشاہ جی نو گرو نانک دے گھر دا چوتھا وارث بنایا گرو رام داس پاتشاہ جی نے اج او ستھان او پاون پوتر ستھان ہے جس ستھان دے اتے سنسار بھر توں سنگت آؤندی ہے درشن دی تان ہوندی ہے لائنا دے وچ لگ کے ڈھائی ڈھائی تین تین گھنٹے انتظار کر کے اس پاون پوتر ستھان تے نتمستک ہون لئی سنگتاں تتپر ہوندیاں پاپ او پاون پوتر ستھان سچ کھنڈ شری ہرمندر صاحب آؤندے سن وہ نگر وسایا گرو رام داس پاتشاہ جی نے گرو صاحب کی سوچ دیکھو کیول وہ نگر نہیں وسایا بلکہ اس نے چاروں بار کے طور کے اوپر اوتے بھویا الگ الگ کتیاں تو جڑے کتا کا سی انہاں نے اس نے وسایا تاکہ جتھے وہ دھارمک ستھان بن سکے جتھے سنگتاں آؤں نتمستک ہون اوتھے نال ہی وہ مبارک کیندر بھی بن سکے تے گرو صاحب کی سوچ سو گرو صاحب نے اس گل تے پیرا دتا کہ جے تسی سیوا کرو سچے من دے نال جدو سیوا کرو تو ہنکار دی کوئی گنجائش نہیں آپا تھوڑی جی سیوا کرتے لیکن نال ہی ہنکار آ جاتا جو کمایا نال ہی گوا دینے ہیں جے کوئی کمائی کرنی ہے سنگت جی سیوا کیتی 24 گھنٹے سیوا کیتی امن دے ویلے اٹھ کے آنے ہاں گرودوارا صاحب جھاڑو دی سیوا کرتے ہیں جوڑیاں دی سیوا کرتے ہیں سنگت دی سیوا کرتے جل دی سیوا کرتے نگر دی سیوا کرتے ہیں تے سیوا کر کے جے من دے وچ ہنکار آ گیا جے سیوا کرتے ہیں آپا ہنکار کر لیا تے آپا اپنی سیوا جڑی کیتی آ اودے اُتے وکٹری پا لئی گرو صاحب سانو اپنے جیون ہی تو دسدے آ کہ جے سیوا کرنی ہے تے بھائی نال نمرتا بھی ہونی چاہیے جے نمرتا رکھے گا تے گرو دیاں بخشاں ہون گیاں گرو کٹ کے بخشاں کرے گا ساریاں پراپتیاں ہو گیاں ਸਾਹ ਸੰਗਤ ਜੀ ਜਦੋਂ ਇੱਥੇ ਆਏ ਹੋ ਜਦੋਂ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਪੁੰਨ ਦਿਹਾੜਾ ਮਨਾ ਰਹੇ ਆ ਸਾਹ ਸੰਗਤ ਜੀ ਆਪਾਂ ਇਹ ਪੰਨ ਕਰੀਏ ਕਿ ਸਾਨੂੰ ਗੁਰੂ ਨੇ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕੀਤੀ ਆ ਅਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰਦੇ ਹਾਂ ਜਾਂ ਆਪਾਂ ਆਪਣੇ ਗੁਰੂਆਂ ਦੇ ਸਰੀਰਕ ਤੌਰ ਦੇ ਉੱਤੇ ਚਾਰ ਪਾਣੀਏ ਕੋਈ 47 ਸਾਲ ਦੇ ਕੋਈ 7 ਸਾਲ ਦੇ ਕੋਈ 60 ਸਾਲ ਦੇ ਕਿ ਅਸੀਂ 65 ਸਾਲ ਦੇ 60 ਸਾਲ ਦੇ ਹੋ ਕੇ ਅਜੇ ਵੀ ਭਾਈ ਸਾਹਿਬ ਅਜੇ ਵੀ ਆਪਾਂ ਇੰਤਜ਼ਾਰ ਕਰਦੇ ਹਾਂ ਆਪਾਂ ਇਹ ਕਹਿੰਦੇ ਹਾਂ ਕਿ ਨਹੀਂ ਅਜੇ ਸਮਾਂ ਨਹੀਂ ਹੋਇਆ ਅਜੇ ਪੁੱਤਰ ਦਾ ਵਿਆਹ ਕਰ ਲਈਏ ਅਜੇ ਧੀ ਦਾ ਵਿਆਹ ਕਰ ਲਈਏ ਅਜੇ ਰਿਸ਼ਤੇ ਨਾਲ ਕਰ ਲਈਏ ਫਿਰ ਆਪਾਂ ਮਨ ਛੱਡਾਂਗੇ ਫਿਰ ਸੇਵਾ ਚ ਲੱਗਾਂਗੇ ਉਹ ਭਾਈਓ ਭਰਿਓ ਲੋਕੋ ਪਤਾ ਨਹੀਂ ਉਹ ਸਮਾਂ ਆਉਣਾ ਕਿ ਨਹੀਂ ਆਉਣਾ ਗੁਰੂ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ ਤੁਹਾਨੂੰ ਜੀਵਨ ਬਖਸ਼ਿਆ ਹੈ ਤੁਹਾਨੂੰ ਇਹ ਮਨੁੱਖਾ ਦੇਹੀ ਬਖਸ਼ੀ ਹੈ ਤੇ ਮਨੁੱਖਾ ਤੇ ਇਸ ਕਰਕੇ ਬਖਸ਼ੀ ਹੈ ਕਿ ਇਸ ਮਾਤ ਲੋਕ ਦੇ ਵਿੱਚ ਆਪਣਾ ਜੀਵਨ ਸਫਲਾ ਕਰ ਲਓ
ਉੱਪਰ ਜੀਵਨ ਸਫਲਾ ਕਰਨ ਦੇ ਲਈ ਪਹਿਲਾਂ ਗੁਰੂ ਨੇ ਦਿੱਤੀ ਹੋਈ ਜਿਹੜੀ ਬਖਸ਼ਿਸ਼ ਹੈ ਖੰਡੇ ਬਾਟੇ ਦੀ ਮੋਹਤ ਦਾ ਅੰਮ੍ਰਿਤ ਛਕੋ ਫਿਰ ਉਸ ਸਰੂਪ ਦੇ ਵਿੱਚ ਆਓ ਉਸ ਬਾਣੀ ਦੇ ਵਿੱਚ ਆਓ ਬਾਣੀ ਨੂੰ ਬਾਣੀ ਦੇ ਧਾਰਨੀ ਬਣੋ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ ਫਿਰ ਸੇਵਾ ਸਿਮਰਨ ਕਰੋ ਜਿਹੜੀ ਕਮਾਈ ਹੈ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਸਰਦਾਰ ਕਰਮਸਰ ਸਾਹਿਬ ਜਿਨ੍ਹਾਂ ਦੀ ਬੜੀ ਗੁਰੂ ਤੇ ਕਿਰਪਾ ਬੜੀ ਨਿਮਰਤਾ ਵਾਲੇ ਆ ਉਹਨਾਂ ਨੇ ਅੱਜ ਤੁਹਾਡੇ ਨਾਲ ਸਾਹ ਨਹੀਂ ਪਾਈ ਅੱਜ ਸਾਨੂੰ ਲੋੜ ਹੈ ਕਿ ਜਿੱਥੇ ਅਸੀਂ ਗੁਰੂ ਪਿਆਰੇ ਸਾਹਿਬ ਸਿੰਘ ਜੀ ਲੰਗਰਾਂ ਦੇ ਉੱਤੇ ਕਰੋੜਾਂ ਰੁਪਈਆ ਖਰਚਦੇ ਹਾਂ ਅਸੀਂ ਫੁੱਲਾਂ ਦੇ ਉੱਤੇ ਲੰਗਰ ਕਰੋੜਾਂ ਰੁਪਈਆ ਖਰਚਦੇ ਹਾਂ ਅਸੀਂ ਹੋਰ ਬਹੁਤ ਸਾਰੇ ਅਸੀਂ ਖਰਚੇ ਕਰ ਦਿੰਦੇ ਹਾਂ ਲੇਕਿਨ ਅੱਜ ਕੌਮ ਨੂੰ ਵੀ ਲੋੜ ਹੈ ਅੱਜ ਸਾਡੇ ਪੰਥ ਨੂੰ ਲੋੜ ਹੈ ਅੱਜ ਸਾਡੇ ਪੰਥ ਦੀ ਆਵਾਜ਼ ਹੈ ਕਿ ਪੈਸਾ ਐਜੂਕੇਸ਼ਨ ਦੇ ਉੱਤੇ ਖਰਚੋ ਜੇ ਆਪਣੀ ਕੌਮ ਨੂੰ ਚੜ੍ਹਦੀ ਕਲਾ ਵਜੇ ਵਗਣ ਜਾਣਾ ਹੈ ਤੇ ਐਜੂਕੇਸ਼ਨ ਦੇ ਉੱਤੇ ਪੈਸਾ ਖਰਚੋ ਸੰਗਤ ਜੀ ਤੁਹਾਡੇ ਸਾਹਮਣੇ ਉਦਾਹਰਣ ਹੈ ਤੁਹਾਡੇ ਸਾਹਮਣੇ ਉਦਾਹਰਣ ਹੈ ਇਜ਼ਰਾਈਲ ਦੀ ਭਾਈ ਸਾਹਿਬ ਮੈਂ ਗਲਤ ਨਹੀਂ ਕਹਿ ਰਿਹਾ ਇਜ਼ਰਾਈਲ ਦੀ ਉਦਾਹਰਣ ਹੈ ਤੁਸੀਂ ਅਮਰੀਕਾ 'ਚ ਬੈਠੇ ਹੋ ਅੱਜ ਅਮਰੀਕਾ ਵਰਗੀਆਂ ਤਾਕਤਾਂ ਅੱਜ ਬ੍ਰਿਟੇਨ ਆਸਟ੍ਰੇਲੀਆ ਜਿੰਨੇ ਕੰਟਰੀਆਂ 'ਚ ਇਜ਼ਰਾਈਲ ਦੇ ਨਾਲ ਖੜੇ ਕਿਉਂ ਖੜੇ ਆ ਕਿਉਂਕਿ ਉਹਨਾਂ ਨੇ ਉਸ ਕੌਮ ਨੇ ਐਜੂਕੇਸ਼ਨ ਲਈ ਉਸ ਕੌਮ ਨੇ ਐਜੂਕੇਸ਼ਨ ਲੈ ਕੇ ਉਹਨਾਂ ਦੀ ਗਿਣਤੀ ਨਹੀਂ ਸੀ ਤੁਹਾਡੇ ਵਾਂਗੂ ਗਿਣਤੀ ਉਹਨਾਂ ਦੀ ਵੀ ਬਹੁਤ ਥੋੜੀ ਜਿਹੀ ਸੀ ਲੇਕਿਨ ਉਹਨਾਂ ਨੇ ਆਪਣੀ ਕੌਮ ਨੂੰ ਫੈਸਲਾ ਲਿਆ ਕਿ ਸਾਡੀ ਕੌਮ ਕਦੋਂ ਤੱਕ ਸਾਡੀ ਕੌਮ ਤਸੀਹੇ ਝੱਲੇਗੀ ਕਦੋਂ ਤੱਕ ਸਾਡੀ ਕੌਮ ਦੇ ਉੱਤੇ ਜ਼ੁਲਮ ਹੋਏਗਾ ਕਦੋਂ ਤੱਕ ਸਾਡੀ ਕੌਮ ਦੇ ਨਾਲ ਨਾ ਇਨਸਾਫ਼ੀ ਹੋਏਗੀ ਜੇ ਇਨਸਾਫ਼ ਲੈਣਾ ਹੈ ਤੇ ਆਪ ਉਦਮ ਕਰੋ ਆਪ ਉਪਰਾਲਾ ਕਰੋ ਆਪ ਹਿੰਮਤ ਕਰੋ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਫਲ ਸੇ ਲੈ ਹੈ ਜੇ ਰਾਜ ਕਰਨਾ ਹੈ ਜੇ ਰਾਜ ਲੈਣਾ ਹੈ ਤੇ ਆਪਣੀ ਕੌਮ ਨੂੰ ਜਾਗਰੂਕ ਕਰੋ ਆਪਣੀ ਕੌਮ ਨੂੰ ਐਜੂਕੇਟ ਕਰੋ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਆਪਣੇ ਬੱਚਿਆਂ ਨੂੰ ਆਈਐਸ ਬਣਾਓ ਆਪਣੇ ਬੱਚਿਆਂ ਨੂੰ ਆਈਪੀਐਸ ਬਣਾਓ ਆਪਣੇ ਬੱਚਿਆਂ ਨੂੰ ਫੌਜ ਦੇ ਵਿੱਚ ਜਰਨੈਲ ਬਣਾਓ ਤੇ ਫਿਰ ਰਾਜ ਤੁਹਾਡਾ ਹੋਏਗਾ ਰਾਜ ਕਿਵੇਂ ਤੁਹਾਡਾ ਨਹੀਂ ਹੋਏਗਾ ਜਦੋਂ ਅਫਸਰ ਤੁਹਾਡੇ ਬੈਠੇ ਹੋਣਗੇ ਅੱਜ ਅਸੀਂ ਦੂਸਰਿਆਂ ਦੇ ਅੱਗੇ ਜਾ ਕੇ ਹੱਥ ਲਾਉਣੇ ਆ ਕਿਉਂ ਕਿਉਂਕਿ ਅਸੀਂ ਆਪਣੀ ਕੌਮ ਨੂੰ ਅਨਪੜ੍ਹ ਰੱਖਿਆ ਅਸੀਂ ਕੌਮ ਨੂੰ ਲੰਗਰਾਂ ਤੱਕ ਸੀਮਤ ਕਰ ਦਿੱਤਾ ਹੈ ਗੁਰੂ ਦੇ ਲੰਗਰ ਵੀ ਲਾਉਣੇ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦਾ ਲੰਗਰ ਨਾ ਲਗਾਓ ਲੰਗਰ ਲਾਉਣੇ ਜ਼ਰੂਰੀ ਆ ਕਿਉਂਕਿ ਲੰਗਰਾਂ ਕਰਕੇ ਹੀ ਜੇ ਕੋਵਿਡ ਦਾ ਸਮਾਂ ਆਇਆ ਤੇ ਲੰਗਰਾਂ ਕਰਕੇ ਪੂਰੇ ਵਰਲਡ ਦੇ ਵਿੱਚ ਤੁਹਾਡੀ ਕੌਮ ਦੀ ਸ਼ਾਨੋ ਸ਼ੌਕਤ ਬਣੀ ਕਿਉਂਕਿ ਤੁਸੀਂ ਉਸ ਸਮੇਂ ਲੋੜ ਪੈਣ ਤੇ ਲੰਗਰ ਲਗਾਏ ਤੁਸੀਂ ਲੋੜ ਪੈਣ ਦੇ ਉੱਤੇ ਆਕਸੀਜਨ ਦੇ ਸਿਲੰਡਰ ਵੰਡੇ ਤੁਸੀਂ ਲੋੜ ਪੈਣ ਦੇ ਉੱਤੇ ਦਵਾਈਆਂ ਵੰਡੀਆਂ ਤੁਸੀਂ ਹਸਪੀਟਲ ਖੋਲੇ ਤੁਸੀਂ ਕੋਵਿਡ ਤੋਂ ਘਬਰਾਏ ਨਹੀਂ ਤੁਸੀਂ ਜਾ ਕੇ ਲੋਕਾਂ ਦੀ ਸੇਵਾ ਕੀਤੀ ਤੇ ਫਿਰ ਉਹ ਪੂਰੇ ਸੰਸਾਰ ਭਰ ਦੇ ਚਾਹੇ ਕੋਈ ਰਾਸ਼ਟਰਪਤੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹਨਾਂ ਨੇ ਸਿੱਖਾਂ ਦੀ ਜੈਕਾਰ ਕੀਤੀ ਉਹ ਵੀ ਜ਼ਰੂਰੀ ਆ ਲੇਕਿਨ ਆਪਣੀ ਕੌਮ ਦੀ ਤਰੱਕੀ ਦੇ ਲਈ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਅੱਜ ਕੌਮ ਨੂੰ ਐਜੂਕੇਟ ਹੋਣ ਦੀ ਲੋੜ ਹੈ ਔਰ ਐਜੂਕੇਸ਼ਨ ਕਿੱਥੋਂ ਮਿਲਦੀ ਆ ਸਤਿ ਸ੍ਰੀ ਅਕਾਲ ਐਜੂਕੇਸ਼ਨ ਤਾਂ ਹੀ ਮਿਲਦੀ ਆ ਜਦੋਂ ਅਸੀਂ ਆਰਥਿਕ ਤੌਰ ਦੇ ਉੱਤੇ ਸਮਰੱਥ ਹੋਵਾਂਗੇ ਆਰਥਿਕ ਤੌਰ ਦੇ ਉੱਤੇ ਸਮਰੱਥ ਹੋਣ ਦੇ ਲਈ ਖਾਲਸਾ ਜੀ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਅਦਾਰਿਆਂ ਨੂੰ ਜਿੰਦਾ ਰੱਖੀਏ ਪਰ ਅਦਾਰਿਆਂ ਨੂੰ ਜਿੰਦਾ ਰੱਖਣ ਦੇ ਲਈ ਸਾਰਿਆਂ ਨੂੰ ਵਿਸ਼ਵਾਸ ਕਰਕੇ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਕੌਮ ਜਿਹੜੀ ਉਹ ਐਜੂਕੇਟ ਹੋਏ ਗੁਰੂ ਪਿਆਰੇ ਸਾਹਿਬ ਸਿੰਘ ਜੀ ਇੱਕ ਦੋ ਸ਼ਬਦ ਦੀ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ ਕਿਉਂਕਿ ਭਾਈ ਸਾਹਿਬ ਭਾਈ ਰਣਵੀਰ ਜੀ ਉਹਨਾਂ ਦਾ ਸਮਾਂ ਬੜਾ ਕੀਮਤੀ ਆ ਯੂਐਸਏ ਤੋਂ ਸਪੈਸ਼ਲੀ ਆਏ ਆ ਅਸੀਂ ਸਾਰੇ ਉਹਨਾਂ ਦਾ ਕੇਂਦਰ ਸੁਣ ਲਈ ਬੈਠੇ ਹਾਂ ਬਾਜੀ ਭੈਣ ਜੀ ਇੱਕ ਮਿੰਟ ਦਾ ਟਾਈਮ ਹੋ ਗਿਆ ਜੀ ਮੈਂ ਤੁਹਾਡੀ ਭਾਵਨਾ ਸਮਝਦਾ ਚਲੋ ਸੰਗਤ ਦਾ ਹੁਕਮ ਹੈ ਜੀ ਕੀਰਤਨ ਕਰਨਾ ਆਪਾਂ ਸ਼ੁਰੂ ਕਰਦਾ ਹੈ ਸੋ ਮੈਂ ਜਿੰਨੀਆਂ ਬੇਨਤੀਆਂ ਸਤਸੰਗਤ ਜੀ ਕੀਤੀਆਂ ਉਹ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਦਾ ਜਾਚਕ ਹੈ ਪਰ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜੋ ਮੈਂ ਬੇਨਤੀਆਂ ਕੀਤੀਆਂ ਜੋ ਚੇਅਰਮੈਨ ਸਾਹਿਬ ਨੇ ਬੇਨਤੀ ਕੀਤੀ ਆ ਉਸ ਦੇ ਉੱਤੇ ਜ਼ਰੂਰ ਤਵੱਜੋ ਦਿਓ ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣੀ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਕੰਮ ਕਰਦੀ ਹੈ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ